ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਜੀ ਸਾਡੇ YouTube ਚੈਨਲ ਹਰੀਕਾ ਜੌਬ ਅਲਰਟ ਤੇ ਦੋਸਤੋ ਜੇਕਰ ਤੁਸੀਂ ਚੈਨਲ ਨੂੰ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ ਦੋਸਤੋ ਅਦੀਨ ਸਿਵਾਮਾ ਜੌਨ ਬੋਰਡ ਵੱਲੋਂ ਨਵੀਂ ਅਪਡੇਟ ਨਿਕਲ ਕੇ ਆਈ ਹੈ ਅਦੀਨ ਸਿਵਾਮਾ ਜੌਨ ਬੋਰਡ ਵੱਲੋਂ ਇੱਕ ਜਨਤਕ ਨੋਟਿਸ ਜਾਰੀ ਕੀਤਾ ਗਿਆ ਜਿਦੇ ਵਿੱਚ ਇਸ਼ਤਿਹਾਰ ਨੰਬਰ 9/2022 ਅ ਇਸ਼ਤਿਹਾਰ ਨੰਬਰ 9/2022 ਚ ਜੂਨੀਅਰ ਡਰਾਫਟਸਮੈਨ ਸਿਵਲ ਤੇ ਜੂਨੀਅਰ ਡਰਾਫਟਸਮੈਨ ਮਕੈਨਿਕਲ ਇਲੈਕਟ ਤਾਂ ਇਹ ਭਰਤੀਆਂ ਹੈਗੀਆਂ ਜੀ ਇਸ਼ਤਿਹਾਰ ਨੌਫ 2022 ਚ ਤੇ 72 ਪੋਸਟਾਂ ਸੀਗੀਆਂ ਇਸ ਦੀਆਂ 11 ਦਸੰਬਰ 2022 ਨੂੰ ਇਹਦੀ ਲਿਖਤੀ ਪ੍ਰੀਖਿਆ ਲਈ ਗਈ ਸੀ ਉਸ ਤੋਂ ਬਾਅਦ ਦਾ ਡਰਾਇੰਗ ਸਕਿੱਲ ਟੈਸਟ ਜਾਨਕੀ ਆਟੋਕੇਡ ਟੈਸਟ ਹੋਇਆ ਸੀਗਾ ਤੇ ਆਟੋਕੇਡ ਟੈਸਟ ਸੰਬੰਧੀ ਨਤੀਜਾ ਅਧੀਨ ਸਿਵਾਵਾ ਜੋਂ ਬੋਰਡ ਦੀ ਵੈਬਸਾਈਟ ਤੇ 7 ਸਤੰਬਰ 2023 ਨੂੰ ਅਪਲੋਡ ਕਰ ਦਿੱਤਾ ਗਿਆ ਸੀਗਾ ਕੁਝ ਕੁ ਦਿਨ ਪਹਿਲਾਂ ਤਾਂ ਇਹ ਟੈਸਟ ਕੇਵਲ ਕੁਆਲੀਫਾਈਂਗ ਨੈਚਰ ਦਾ ਹੋਣ ਕਰਕੇ ਇਸ ਟੈਸਟ ਵਿੱਚ ਕੁਆਲੀਫਾਈਡ ਕਰਨ ਵਾਲੇ ਉਮੀਦਵਾਰਾਂ ਨੂੰ ਹਰ ਇੱਕ ਸ਼੍ਰੇਣੀ ਵਿੱਚ ਸਾਮੀਆਂ ਦੀ ਗਿਣਤੀ ਅਤੇ ਉਮੀਦਵਾਰਾਂ ਵੱਲੋਂ ਲਿਖਤੀ ਪ੍ਰੀਖਿਆ ਵਿੱਚ ਪ੍ਰਾਪਤ ਅੰਕ ਮੈਰਿਟ ਅਨੁਸਾਰ ਪ੍ਰਾਪਤ ਅੰਕਾਂ ਦੇ ਆਧਾਰ ਤੇ ਕਾਉਂਸਲਿੰਗ ਲਈ ਬੁਲਾਇਆ ਜਾ ਰਿਹਾ ਜੋ ਕਿ ਮਿਤੀ 15 ਸਤੰਬਰ 2023 ਨੂੰ ਹੋਣ ਜਾ ਰਹੀ ਹੈ ਤਾਂ ਮੇਰਾ ਖਿਆਲਾ ਪੀ ਟ੍ਰਿਪਲ ਐਸ ਬੀ ਐਸ ਮਾਮਲੇ 'ਚ ਨੰਬਰ ਲੈ ਗਿਆ ਬਾਕੀ ਰਿਕਰੂਟਮੈਂਟ ਬੋਰਡਸ ਨਾਲੋਂ ਠੀਕ ਹੈ ਪੀ ਟ੍ਰਿਪਲ ਐਸ ਬੀ ਨੇ ਬੱਲੇ ਬੱਲੇ ਕਰਾਈ ਪਈ ਆ ਦੋਸਤੋ ਚਾਹੇ ਕੋਈ ਵੀ ਭਰਤੀ ਤੁਸੀਂ ਚੱਕ ਕੇ ਦੇਖ ਲਓ ਅ ਦਿਨਾਂ ਦੇ ਵਿੱਚ ਹੀ ਨਤੀਜੇ ਆਉਂਦੇ ਨੇ ਦਿਨਾਂ ਦੇ ਵਿੱਚ ਹੀ ਕਾਉਂਸਲਿੰਗ ਹੋ ਜਾਂਦੀ ਹੈ ਕਾਉਂਸਲਿੰਗ ਕਰਾ ਕੇ ਜਿਹੜੀ ਇਹ ਰਿਜ਼ਲਟ ਆ ਉਹ ਸਬੰਧਤ ਡਿਪਾਰਟਮੈਂਟਾਂ ਨੂੰ ਭੇਜ ਦਿੱਤੇ ਜਾਂਦੇ ਆ ਅੱਗੇ ਦੇਖੋ ਕਰਨਾ ਅੱਗੇ ਰਿਜ਼ਲਟ ਸਬੰਧੀ ਜੋ ਵੀ ਕਰਨਾ ਹੁੰਦਾ ਉਹ ਕਨਸਰਨਡ ਡਿਪਾਰਟਮੈਂਟ ਨੇ ਕਰਨਾ ਹੁੰਦਾ ਬਟ ਜਿਹੜਾ ਕੰਮ ਹੈ ਇਹ ਬੜਾ ਸਪੀਡ ਨਾਲ ਪੀਟਰ ਪਲੱਸ ਵੀ ਅੱਜਕੱਲ ਕਰ ਰਿਹਾ ਠੀਕ ਹੈ ਜੀ ਤੇ ਇਹਦੇ ਸਬੰਧੀ ਦੋਸਤੋ ਤਾਂ ਦੋਸਤੋ ਪਹੁੰਚਣਾ ਕਿੱਥੇ ਆ ਦਫ਼ਤਰ ਵਣਪਾवन ਸੈਕਟਰ 68 ਐਸਐਸ ਨਗਰ ਇਹਥੇ ਕੈਂਡੀਡੇਟਸ ਨੇ ਕਾਉਂਸਲਿੰਗ ਲਈ ਪਹੁੰਚਣਾ ਕਾਉਂਸਲਿੰਗ ਦਾ ਵਿਸਥਾਰਤ ਸਮਾਂ ਤੇ ਮੈਰਿਟ ਅਨੁਸਾਰ ਜਿਹੜੀ ਵੀ ਕੱਟਆਫ ਆ ਨੋਟ ਕਰ ਲਓ ਸਭ ਤੋਂ ਪਹਿਲਾਂ ਜੂਨੀਅਰ ਡਰਾਫਟਸਮੈਨ ਸਿਵਲ ਵਾਲੇ ਕੈਂਡੀਡੇਟ ਨੋਟ ਕਰ ਲਓ ਜਨਰਲ ਕੈਟੇਗਰੀ ਠੀਕ ਹੈ ਜੀ ਡਰਾਇੰਗ ਸਕਿੱਲ ਟੈਸਟ ਆਰਚੋਕੈਡ ਵਿੱਚ ਕੁਆਲੀਫਾਈਡ ਹੋਏ ਉਮੀਦਵਾਰਾਂ ਨੂੰ ਲਿਖਤੀ ਪ੍ਰੀਖਿਆ ਵਿੱਚ ਪ੍ਰਾਪਤ ਅੰਕਾਂ ਦੀ ਕੱਟਆਫ ਦੇ ਅਨੁਸਾਰ ਬੁਲਾਇਆ ਜਾ ਰਿਹਾ ਤਾਂ ਜਨਰਲ ਕੈਟੇਗਰੀ ਜਿਨ੍ਹਾਂ ਦਾ ਨੰਬਰ 58.47 ਆ ਠੀਕ ਹੈ ਜੀ ਭਾਵ ਕਿ 58.47 ਜਾਂ ਇਸ ਤੋਂ ਵੱਧ ਤਾਂ ਉਹਨਾਂ ਨੇ ਪਹੁੰਚਣਾ ਫੀਮੇਲ ईडब्ल्यूएस 44.75% ਤੋਂ ਵੱਧ ਫੀਮੇਲ ਸਾਰੇ ਅਨੁਸੂਚਿਤ ਜਾਤੀ ਐਮਐਨਬੀ ਭਾਵ ਕਿ ਐਸਸੀ ਐਮਐਨਬੀ 43.73 ਜਾਂ ਇਸ ਤੋਂ ਵੱਧ ਇਸ ਤੋਂ ਵੱਧ ਵਾਲੇ ਬॉयਜ਼ ਤੇ ਫੀਮੇਲ ਸਾਰੇ ਤੇ ਐਸਸੀਆਰ 52.37 ਮੇਲ ਤੇ ਫੀਮੇਲ ਸਾਰੇ ਬੀਸੀ 55.17 ਤੇ ਫੀਮੇਲ ਸਾਰੇ ਉਸ ਤੋਂ ਬਾਅਦ ਜੀ ਐਕਸ ਸਰਵਿਸਮੈਨ ਫੀਮੇਲ ਫੀਮੇਲ ਸਾਰੇ ਜਿਨ੍ਹਾਂ ਨੇ ਐਗਜ਼ਾਮ ਦਿੱਤਾ ਸੀ ਇਹ ਕੈਸਾ ਹੋਵੇ ਤੁਸੀਂ ਤੇ ਉਸ ਤੋਂ ਬਾਅਦ ਐਕਸ ਸਰਵਿਸਮੈਨ ਐਮ ਐਂਡ ਬੀ ਤਾਂ ਇਹਦੇ ਵਿੱਚ ਖੁਦ ਤੇ ਆਸ਼ਰਿਤ ਭਾਵ ਕੇ ਸੈਲਫ ਤੇ ਡਿਪੈਂਡੈਂਟ ਠੀਕ ਹੈ ਸੈਲਫ ਜਾਂ ਡਿਪੈਂਡੈਂਟ ਹੈ ਵੈਸੀ ਸਲੈਸ਼ ਪਈ ਹੈ ਤਾਂ ਮੇਲ 'ਚ ਸਾਰਿਆਂ ਨੇ ਪਹੁੰਚਣਾ ਫੀਮੇਲ 'ਚ ਹੈ ਨਹੀਂ ਕੋਈ ਅਵੇਲੇਬਲ ਤਾਂ ਐਸ ਸੀ ਆਰਓ ਸਾਬਕਾ ਫੌਜੀ ਐਕਸ ਸਰਵਿਸਮੈਨ ਤਾਂ ਮੇਲ ਫੀਮੇਲ 'ਚ ਕੋਈ ਨਹੀਂ ਹੈਗਾ ਅੱਗੇ ਸਪੋਰਟਸ ਐਸ ਸੀ ਐਮ ਬੀ ਇਹਦੇ 'ਚ ਵੀ ਕੋਈ ਕੈਂਡੀਡੇਟ ਨਹੀਂ ਹੈਗਾ ਸਪੋਰਟਸ SCROW ਦੇ ਵਿੱਚ ਵੀ ਕੋਈ ਹੈ ਨਹੀਂ ਤੇ ਉਸ ਤੋਂ ਬਾਅਦ ਫਿਜ਼ੀਕਲੀ ਹੈਂਡੀਕੈਪਡ ਨੇਤਰਹੀਣ ਦੇ ਵਿੱਚ ਵੀ ਕੋਈ ਹੈ ਨਹੀਂ ਠੀਕ ਹੈ ਜੀ ਗੁੰਗਾ ਬੋਲਾ ਇਹਦੇ ਵਿੱਚ ਵੀ ਕੋਈ ਹੈ ਨਹੀਂ ਕੈਂਡੀਡੇਟ ਤੇ ਫ੍ਰੀडम फाइਟਰ ਦੇ ਵਿੱਚ ਬॉयਜ਼ ਹੈਗੇ ਆ ਉਹ ਸਾਰਿਆਂ ਨੇ ਪਹੁੰਚਣਾ ਤੇ ਪਹੁੰਚਣਾ ਜੀ 15 ਸਤੰਬਰ 2023 ਵੇਰੇ 10 ਵਜੇ ਤੇ ਉਸ ਤੋਂ ਬਾਅਦ ਜੀ ਜੂਨੀਅਰ ਇਲੈਕਟ੍ਰੀਕਲ ਮਕੈਨਿਕਲ ਦੀ ਗੱਲ ਕਰੀ ਤਾਂ ਜਨਰਲ ਕੈਟੇਗਰੀ 62.25 ਮੇਲ ਠੀਕ ਹੈ ਜੀ ਜਾਤ ਤੋਂ ਵੱਧ ਵਾਲੇ ਫੀਮੇਲ ਸਾਰਿਆਂ ਨੇ EWS ਮੇਲ 44.25 ਫੀਮੇਲ ਹੈ ਨਹੀਂ ਜੀ ਉਸ ਤੋਂ ਬਾਅਦ ਜੀ SCMB ਸਾਰੇ ਨੇ ਫੀਮੇਲ ਹੈ ਨਹੀਂ SCRO 51.25 ਤੋਂ ਵੱਧ ਵਾਲੇ ਮੇਲ ਤੇ ਫੀਮੇਲ ਸਾਰੇ BC 46.5 ਮੇਲ ਤੇ ਫੀਮੇਲ ਸਾਰੇ X ਸਰਵਿਸਮੈਨ ਜਨਰਲ ਸਾਰੇ ਮੇਲ ਫੀਮੇਲ ਹੈ ਨਹੀਂ ਜੀ X ਸਰਵਿਸਮੈਨ SCMB ਸਾਰੇ ਮੇਲ X ਸਰਵਿਸਮੈਨ SCRO ਸਾਰੇ ਮੇਲ ਉਸ ਤੋਂ ਬਾਅਦ ਜੀ ਸਪੋਰਟਸ ਜਨਰਲ ਦੇ ਸਾਰੇ ਤੇ ਫਿਜ਼ੀਕਲੀ ਹੈਂਡੀਕੈਪਡ ਆਰਥੋ ਦੇ ਸਾਰੇ ਇਨਾਂ ਨੇ ਵੀ 15 ਸਤੰਬਰ 2023 ਵੇਰੇ 10 ਵਜੇ ਪਹੁੰਚਣਾ ਜੀ ਠੀਕ ਹੈ ਜੀ ਕੱਟਆਫ ਤੁਸੀਂ ਨੋਟ ਕਰ ਲਈ ਹੋਣੀ ਆ ਉਸ ਤੋਂ ਬਾਅਦ ਇੱਥੇ ਕੁਝ ਹੋਰ ਇਨਸਟਰਕਸ਼ਨਸ ਦਿੱਤੀਆਂ ਨੋਟ ਕਰ ਲਓ ਇਹਦੇ ਵਿੱਚ ਅਨੈਕਸਚਰ A ਅਨੈਕਸਚਰ B ਅਨੈਕਸਚਰ C ਠੀਕ ਹੈ ਤਿੰਨੇ ਪਰਫਾਰਮੇ ਭਰ ਕੇ ਲੈ ਕੇ ਜਾਣੇ ਆ ਅਨੈਕਸਚਰ D ਦੇ ਵਿੱਚ ਦੱਸਿਆ ਗਿਆ ਵੀ ਕੀ ਕੁਝ ਤੁਸੀਂ ਲਾਣ ਲੈ ਕੇ ਜਾਣਾ ਤੇ ਸਵੈਤ ਅਸਦੀਕ ਸ਼ੋਦਾ 셀ਫ ਅਟੈਸਟਡ ਫੋਟੋਕਾਪੀਜ਼ ਕਿਹੜੀਆਂ ਕਿਹੜੀਆਂ ਨਾਲ ਲੈ ਕੇ ਜਾਣੀਆਂ ਤੇ origignal ਵੀ ਨਾਲ ਲੈ ਕੇ ਜਾਣੇ ਆ ਗੱਤੇ ਦੇ ਫਾਈਲ ਕਵਰ ਵਿੱਚ ਤੁਸੀਂ ਪਾ ਕੇ ਲੈ ਕੇ ਜਾਣਾ ਪਲਾਸਟਿਕ ਦਾ ਫੋਲਡਰ ਨਹੀਂ ਲੈ ਕੇ ਜਾਣਾ ਠੀਕ ਆ ਗੱਤੇ ਦਾ ਫਾਈਲ ਕਵਰ ਜੋ ਵੀ ਹੁੰਦਾ ਉਹ ਚ ਟੈਗ ਲਾ ਕੇ ਉਹਦੇ ਜੀ ਤੁਸੀਂ ਫੋਟੋ ਕਾਪੀਜ਼ ਆਪਣੀਆਂ ਪਾ ਕੇ ਲੈ ਕੇ ਜਾਣੀਆਂ ਤੇ ਇਹ ਨੈਕਸਚਰ ਇਹ ਆ ਠੀਕ ਆ ਨੈਕਸਚਰ ਅੱਗੇ ਆ ਨੈਕਸਚਰ ਸੀ ਦਿੱਤਾ ਗਿਆ ਬੀ ਉੱਪਰ ਲੰਘਿਆ ਠੀਕ ਆ ਤਾਂ ਇਹ ਭਰ ਕੇ ਲੈ ਕੇ ਜਾਣਾ ਇਹਦੇ ਵਿੱਚ ਇਨਸਟਰਕਸ਼ਨਸ ਦਿੱਤੀਆਂ ਵੀ ਕਿਹੜੀਆਂ ਕਿਹੜੀਆਂ ਕਿਹੜੇ-ਕਿਹੜੇ ਡਾਕੂਮੈਂਟਸ ਲਾ ਕੇ ਜਾਣਾ ਆਪਣੇ ਆਈਡੀ ਪ੍ਰੂਫ ਫੋਟੋ ਵਗੈਰਾ ਤਾਂ ਸਾਰਾ ਕੁਝ ਲਾ ਕੇ ਜਾਓ ਠੀਕ ਆ ਤੇ ਬਾਕੀ ਉਧਰ ਨੂੰ ਉੱਥੇ ਦਾਸ ਹੀ ਰਹਿਣਗੇ ਤਾਂ ਇਹ ਸੀ ਅਪਡੇਟ ਦੋਸਤੋ ਜੂਨੀਅਰ ਡਰਾਫਟਸਮੈਨ ਦੀ ਕਾਉਂਸਲਿੰਗ ਦੀ ਤੇ ਬਾਕੀ ਅਪਡੇਟਸ ਇਸ ਆਨ ਬਨੇ ਰਹੋ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਦੋਸਤੋ ਸਸਿਕਾ